ਬੰਦਾ ਜਾਇਦਾਦ ਵਾਹੁੰਦਾ ਮਰ ਜਾਂਦਾ ਹੈ, ਜਾਇਦਾਦ ਕਹਿੰਦੀ ਤੂੰ ਮਰ, ਦੂਜਾ ਆ ਜਾਣਾ ਜਿਹੜਾ ਮੇਰੀ ਛਾਤੀ ਤੇ ਟਰੈਕਟਰ ਚਲਾਊ ਮੇਰਾ ਮਾਲਕ ਤੇ ਉਹ ਹੈ, ਮੈਂ ਤੈਨੂੰ ਕਿਉਂ ਰੋਵਾਂ। ਪਰ ਬੰਦਾ ਇੱਦਾਂ ਕਰਦਾ ਸਤਿਗੁਰ ਦੀ ਬਾਣੀ। ਹੁਣ ਮੰਨ ਲਓ ਜਾਇਦਾਦ ਦੀ ਵੰਡ ਹੋਣ ਲੱਗੀ ਹੈ, ਜੇ ਭਰਾ ਇੱਦਾਂ ਕਰਨ, ਇੱਦਾਂ ਆਪਸ ਵਿੱਚ ਗੱਲ ਕਰ ਲੈਣ, ਆਪਾਂ ਕੋਈ ਅੱਡ ਸਾਰੇ ਹੁੰਦੇ ਆਏ ਨੇ, ਕਿਸੇ ਨੇ ਨਹੀਂ ਲੈਣਾ। ਹੋ ਸਕਦਾ ਆਪਾਂ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਨਹੀਂ ਸੱਦਣਾ, ਕੋਈ ਪੰਚਾਇਤ ਵੀ ਨਹੀਂ, ਆਪਾਂ ਆਪਾਂ ਆਪਸ ਵਿੱਚ ਗੱਲ ਕਰਨੀ, ਤੂੰ ਦੱਸ ਕਿਹੜਾ ਹਿੱਸਾ, ਤੈਨੂੰ ਵੀ ਨਾ ਘਾਟਾ ਪਵੇ ਮੈਨੂੰ ਵੀ ਨਾ ਪਵੇ। ਪਰ ਜੇ ਇੱਕ ਜਿੱਦ ਕਰਦਾ ਕਹਿੰਦਾ ਲੜਾਈ ਮੁਕਾਉਣੀ ਆਪਾਂ, ਜੇ ਤੂੰ ਅੱਧੀ ਕਨਾਲ ਕਨਾਲ ਵੱਧ ਚਾਹੀਦੀ ਲੈ ਲਾ, ਉਹ ਆਪਣੇ ਮਨ ਨੂੰ ਸਮਝਾਵੇ ਮਨਾ, ਮੰਨ ਲਓ ਵੀ ਇਹ ਕਨਾਲ ਸਾਡੇ ਬਾਪੂ ਦੀ ਜ਼ਮੀਨ, ਉੱਚੀ ਬੋਲ ਕੇ ਦੱਸਿਓ ਹੁਣ ਹੈ ਹੀ ਨਹੀਂ ਸੀ, ਅਤੇ ਬੱਚਿਆਂ ਨੂੰ ਅੰਦਰ ਵੜ ਕੇ ਸਮਝਾ ਲਏ ਪੁੱਤਰੋ ਕਮਾਈ ਕਰੋ, ਹੋ ਸਕਦਾ 4 ਕਿੱਲੇ ਹੋਰ ਖਰੀਦ ਲਓ ਤੁਸੀਂ, ਅਤੇ ਜੇ ਇੱਦਾਂ ਬਾਪੂ ਕਵੇ ਵੱਢ ਦਿਓ ਇੱਕਦਮ ਮੈਂ ਤੁਹਾਡੇ, ਉੱਚੀ ਬੋਲੋ MLA ਵਾਕਫ MP ਆਪਣਾ ਬੋਲੋ, ਹੁਣ SSP ਨਾਲ DGP ਨਾਲ ਸਿੱਧੀ ਗੱਲ, ਇਹਨੂੰ ਸਿਆਣਪ ਕਵਾਂਗੇ ਜੀ ਭਲਾ, ਅਤੇ ਬੰਦਾ ਕਵੇ ਜੀ ਸਵੇਰੇ ਉੱਠ ਕੇ ਮੈਂ ਤਾਂ ਪਾਠ ਕਰਦਾ। ਅੱਜ ਬੜਾ ਵੱਡਾ ਨੁਕਸਾਨ ਹੈ ਸਾਡਾ ਇਸ ਗੱਲ 'ਤੇ ਕਿ ਅਸੀਂ ਆਪਣੇ ਆਪ ਨੂੰ ਵਣਜਾਰੇ ਨਹੀਂ ਸਮਝ ਪਾਏ ਪਾਤਸ਼ਾਹ ਦੀ ਬਾਣੀ। ਇੱਦਾਂ ਵੀ ਗੱਲ ਸਮਝਾਈ ਜਾ ਸਕਦੀ ਸੀ ਨਾ ਕਿ ਮੈਂ ਲੜਾਈ ਨੂੰ ਟਾਲਣਾ ਹੈ, ਮੈਂ ਲੜਾਈ ਵਿੱਚੋਂ ਪਾਸੇ ਹਟਣਾ। ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਤਵਾਰੀਖ ਪੜ੍ਹ ਲਓ, ਪਾਤਸ਼ਾਹ ਲੜਨ ਨਹੀਂ ਗਏ ਕਿਸੇ ਦੇ ਘਰ, ਗੱਲ ਪਈ ਲੜਾਈ ਹੈ ਉਹਦਾ ਫਿਰ ਡਟ ਕੇ ਮੁਕਾਬਲਾ ਕੀਤਾ। ਪਾਤਸ਼ਾਹ ਲੜਨਾ ਨਹੀਂ ਚਾਹੁੰਦੇ ਕਿਸੇ ਨਾਲ। ਕੋਈ ਬੰਦਾ ਕਹੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਦਾ ਘਰ ਬਰਬਾਦ ਕਰਨਾ ਚਾਹੁੰਦੇ, ਪਾਤਸ਼ਾਹ ਨੂੰ ਪਤਾ ਇਸ ਗੱਲ ਦਾ। ਜਦੋਂ ਜੰਗਾਂ ਹੁੰਦੀਆਂ ਨੇ, ਜੰਗਾਂ ਵਿੱਚ ਕਈ ਮਾਵਾਂ ਦੇ ਪੁੱਤ ਮਰਦੇ ਨੇ, ਕਈਆਂ ਦੇ ਘਰ ਉਜੜਦੇ ਨੇ, ਪਾਤਸ਼ਾਹ ਜੇ ਜੰਗ ਕਰਨਾ ਚਾਹੁੰਦੇ ਤੇ ਆਨੰਦਪੁਰ ਸਾਹਿਬ ਆਪਣੇ ਹੱਥੀਂ ਵਸਾਇਆ, ਕਦੀ ਛੱਡਦੇ ਨਾ, ਉੱਥੇ ਅੜ ਖਲੋਂਦੇ, ਕਹਿੰਦੇ ਕੋਈ ਗੱਲ ਨਹੀਂ ਮੈਂ ਕਤਲੋ ਗਾਰਤ ਤੋਂ ਬਚਾਉਣਾ ਚਾਹੁੰਦਾ, ਜੇ ਮੇਰੇ ਸਿੱਖ ਸਮੇਂ ਪਾ ਕੇ ਜਾਗਦੇ ਰਹੇ ਤੇ ਆਨੰਦਪੁਰ ਸਾਹਿਬ ਫਿਰ ਆਣ ਕੇ ਵਸ ਜਾਣਗੇ, ਫਿਰ ਆਣ ਕੇ ਇੱਥੇ ਬੈਠ ਜਾਣਗੇ।